ਬੀਬਾ ਸੰਤਾਂ ਨੂੰ ਕੁਛ ਪ੍ਰਸ਼ਾਦਾ ਖਵਾ ਦੇ, ਬੜੀ ਭੁੱਖ ਲੱਗੀ। ਬਾਬਾ 2 ਦਿਨ ਹੋ ਗਏ ਮੇਰੇ ਘਰ ਵਾਲਾ ਘਰ ਨਹੀਂ ਆਇਆ। ਤੂੰ ਇਸੇ ਕਰਕੇ ਤੇ ਅਸੀਂ ਸਮਝਾਉਂਦੇ ਆ, ਪਰ ਬੀਬਾ ਸਮਝਦੀ ਨਹੀਂ। ਪਰ ਪੈਸਾ ਕੋਈ ਨਹੀਂ ਲੱਗੂਗਾ, ਬਿਲਕੁਲ ਨਹੀਂ। ਪੈਸਾ ਕੋਈ ਨਹੀਂ ਲੱਗੂਗਾ, ਘਰ ਦਾ ਤੇ ਲਾਗੇ ਰਿਹਾ ਕਰੂਗਾ, ਬਾਹਰ ਘੱਟ ਜਾਇਆ ਕਰੂਗਾ, ਲੜਿਆ ਨਹੀਂ ਕਰੂਗਾ। ਦੀਦੀ ਜਿਹੜੀ ਬੁੱਟੀ ਗੱਲ ਬੀਬਾ, ਜੜੀ ਬੁੱਟੀ ਬੀਬਾ ਘਰ ਹੱਥ ਆਉਂਦੇ, ਜੜੀ ਬੁੱਟੀ ਤੁਹਾਨੂੰ ਦੇ ਦਿੰਦੇ ਆ, ਜਦੋਂ ਉਹਨੇ ਆਉਣਾ ਸਰਾਣੇ ਥੱਲੇ ਰੱਖ ਕੇ ਤੇ ਸੋਣਾ ਵਾ, ਸਿਰ ਜਦੋਂ ਉੱਠਣਾ ਵਾ ਤੇ ਇਹਨੂੰ ਸਰਾਣੇ ਥੱਲੇ ਕੱਢ ਕੇ ਤੇ ਆਪਣੇ ਉੱਥੇ ਬੈੱਡ ਦੇ ਲੱਗੇ ਰੱਖ ਲੈ, ਕਦੇ ਵੀ ਪਤਾ ਨਹੀਂ ਲੱਗਣਾ ਜਿਹਦਾ ਤੂੰ ਕੀ ਰੱਖਿਆ ਲੱਗਦਾ। ਠੀਕ ਹੈ, ਦੂਜੇ ਦਿਨ ਆ ਦੂਜੀ ਮੁੱਠੀ ਖੋਲ ਤੇ ਲੜਾਈ ਬਾਬਾ ਜੀ ਆ ਲੜਾਈ ਦਾ ਜੀ ਲੜਾਈ ਇਹ ਨਾਲ ਲੜਾਈ ਖਤਮ ਹੋ ਜੂਗੀ। ਜਦੋਂ ਉਹਨੇ ਅਗਲੇ ਦਿਨ ਸੋਣਾ ਵਾ ਤੇ ਸਰਾਣੇ ਰੱਖ ਦੇਣਾ ਵਾ ਤੇ ਦੋਵੇਂ ਬਾਅਦ ਅਗਲੇ ਦਿਨ ਚੁੱਕ ਕੇ ਤੇ ਨਹਿਰ ਦੇ ਵਿੱਚ ਨਾ ਕਲੇਸ਼ ਨਾ ਲੜਾਈ, ਘਰ ਦਾ ਲੱਗ ਜਾਊਗਾ, ਤੇਰੀ ਗੱਲ ਮੰਨੂਗਾ, ਤੈਨੂੰ ਪੈਸੇ ਢੇਲੇ ਤੋਂ ਤੋੜਨੇ, ਤੈਨੂੰ ਜੋ 500 ਦੇ ਜੂਗਾ, 1000 ਮੰਗਦਾ 1000 ਹੀ ਦੇ ਜੂਗਾ। ਖੁਸ਼ ਹੈ ਬੀਬਾ ਨਾ, ਕਰਦੇ ਜੇ ਬਾਬਿਆਂ ਦੀ ਅੱਜ ਮੰਨਦੇ ਆ ਬਾਬਿਆਂ ਨੂੰ, ਤੇ ਬਾਬੇ ਨੂੰ ਹੋਣਾ ਕੋਈ ਖਾਣ ਪੀਣ ਲਈ ਕੋਈ ਸੇਵਾ ਸੁਵਾ ਕੋਈ ਦਾਨ ਪਾਉਣ, ਆਪੇ ਤਾਂ ਬਾਬਾ ਜੀ ਕਹਿੰਦੇ ਪੈਸਾ ਨਹੀਂ ਕੋਈ। No, 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 no.